ਸਾਡੇ ਨਾਲ ਇਸ ਟਾਈਮ ਮੌਜੂਦ ਆ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਸੰਜੇ ਡਵਾਲ ਜੀ ਕਰਦੇ ਆ ਉਹਨਾਂ ਨਾਲ ਗੱਲਬਾਤ ਵੀ ਅੱਜ ਜਿਹੜੀ ਇਲੈਕਸ਼ਨ ਆ ਆਮ ਆਦਮੀ ਪਾਰਟੀ ਭਾਰੀ ਬਹੁਮਤ ਦੇ ਨਾਲ ਜਿੱਤੀ ਆ ਤੇ ਗੱਲ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਸੁਸ਼ੀਲ ਰਿੰਕੂ ਨੂੰ ਬਹੁਤ ਵੱਡੀ ਜਿਹੜੀ ਜਿੱਤ ਤੋਂ ਮਿਲੀ ਆ ਤੇ ਉਹਦੇ ਬਾਰੇ। ਇਹ ਜਿਹੜੀ ਜ਼ਿਲ੍ਹੇ ਜਲੰਧਰ ਦੀ ਜ਼ਿਮਨੀ ਚੋਣ ਹੋਈ ਆ ਸਾਨੂੰ ਬਹੁਤ ਵੱਡੀ ਲੀਡ ਮਿਲੀ ਆ। ਇਸ ਦਾ ਸਾਰਾ ਸ਼੍ਰੇਅ ਤਾਂ ਸਾਡੇ ਸ਼੍ਰੀ ਭਗਵੰਤ ਮਾਨ ਜੀ ਨੂੰ ਜਾਂਦਾ ਜਿਨ੍ਹਾਂ ਦੀਆਂ ਇਹ ਨੀਤੀਆਂ ਅਤੇ ਲੋਕਾਂ ਨੂੰ ਬਿਜਲੀ ਦੇ ਬਿੱਲ ਮਾਫ਼ ਕੀਤੇ ਆ, ਕਈ ਹੋਰ ਮਤਲਬ ਸਮੱਸਿਆ ਸੀ ਉਹਨਾਂ ਦਾ ਹੱਲ ਕੱਢਿਆ ਆ। ਮੈਂ ਰਿੰਕੂ ਜੀ ਨੂੰ ਵਧਾਈ ਦਿੰਦਾ ਹਾਂ ਅਤੇ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਵੀ ਗਾਂਹ ਹੋਰ ਵੀ ਜਿਹੜੇ ਕਿਹੜੇ ਕੰਮ ਰਹਿੰਦੇ ਆ ਉਹ ਆਪਾਂ ਕਰ ਦਈਏ ਅਤੇ ਗਾਂਹ ਜਿਹੜੀ ਨਗਰ ਕੌਂਸਲ ਆ ਰਹੀ ਆ ਉਹ 'ਚ ਵੀ ਆਪਣੀ ਜਿੱਤ ਹੋਵੇ। ਤੁਸੀਂ ਲੰਮਾ ਸਮਾਂ ਕਾਂਗਰਸ ਦੇ ਵਿੱਚ ਬਿਤਾਇਆ ਅਤੇ ਉਹ ਕਾਂਗਰਸ ਦੀ ਜਿਹੜੀ ਹਾਰ ਆ ਕਿਤੇ ਨਾ ਕਿਤੇ ਕੀ ਮੰਨਦੇ ਆ ਅਤੇ ਕਿੱਥੋਂ ਇਹ ਉਹ ਹੋਈ ਉਹਨਾਂ ਦੀ ਜੀ? ਦੇਖੋ ਇਸ ਟਾਈਮ ਆਮ ਆਦਮੀ ਲਹਿਰ ਬਹੁਤ ਹੈ ਜੀ, ਕੰਮ ਬਹੁਤ ਕਰ ਰਹੀ ਆਮ ਆਦਮੀ। ਅਸੀਂ ਵੀ ਉਹਨਾਂ ਦੇ ਕੰਮ ਨੂੰ ਦੇਖ ਕੇ ਆਮ ਆਦਮੀ ਸ਼ਾਮਿਲ ਹੋਏ ਆ। ਕੁਛ ਸਾਡੇ ਗ੍ਰਾਂ ਦੇ ਕੌਂਸਲਰ ਹੈਗੇ ਆ ਜਿਨ੍ਹਾਂ ਨੂੰ ਬਹੁਤ ਆਪਣੇ ਆਪ 'ਤੇ ਘਮੰਡ ਸੀਗਾ, ਉਹਨਾਂ ਦਾ ਅੱਜ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਨੂੰ ਬਹੁਤ ਵੱਡੀ ਲੀਡ ਦਵਾ ਕੇ ਜਿੱਤ ਹਾਸਲ ਕਰਾਈ ਆ ਅਤੇ ਉਹਨਾਂ ਦਾ ਘਮੰਡ ਤੋੜਿਆ ਆ। ਸਾਡੇ ਗ੍ਰਾਂ 'ਚ 1900 ਕੁਛ ਵੋਟ ਤੋਂ ਆਮ ਆਦਮੀ ਲੀਡ ਕਰਕੇ ਗਈ ਆ, ਜਿਹੜੀ ਅੱਜ ਤੱਕ ਕਦੀ ਹੋਇਆ ਨਹੀਂ ਸੀ ਵੀ ਗ੍ਰਾਂ 'ਚ ਕਾਂਗਰਸ ਹਾਰ ਜਾਵੇ। ਇਹ ਆਮ ਆਦਮੀ ਦੇ ਕੰਮ ਬੋਲਦੇ ਆ ਜੀ ਇਸ ਟਾਈਮ, ਤਾਂ ਹੀ ਆਪਾਂ ਜਿੱਤੇ ਹਾਂ ਜੀ। ਆਉਣ ਵਾਲੀ ਗ੍ਰਾਂ ਦੀ MC ਇਲੈਕਸ਼ਨ ਨੂੰ ਕਿੱਦਾਂ ਦੇਖਦੇ ਤੁਸੀਂ? ਇੱਕ ਵੀ ਵਾਰਡ ਨਹੀਂ ਜੀ ਹਰੀ ਆਮ ਆਦਮੀ ਇਸ ਟਾਈਮ, ਜਿੰਨੇ ਬੂਥ ਲੱਗੇ 10 ਦੇ 10 10 ਪਲੱਸ ਗਏ ਆ। ਦੇਖੋ 13 MC ਬਣਨੇ ਆ, ਮੈਂ ਤਾਂ ਇਹੀ ਗੱਲ ਕਹੂੰਗਾ 13 ਦੇ 13 ਹੀ MC ਜਿੱਤਣਗੇ ਆਮ ਆਦਮੀ ਦੇ। ਇਸ ਵੇਲੇ ਅਸੀਂ ਖੜ੍ਹੇ ਹਾਂ ਹਲਕਾ ਫਲੌਰ ਦੇ ਸ਼ਹਿਰ ਗੁਰਾਇਆਂ ਵਿਖੇ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਪਾਰਟੀ ਵਰਕਰਾਂ ਵੱਲੋਂ ਲੱਡੂ ਵੰਡੇ ਜਾ ਰਹੇ ਆ, ਕਰਦੇ ਆ ਗੱਲਬਾਤ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੋ ਜਿਹਾ ਲੱਗ ਰਿਹਾ ਜੀ ਅੱਜ? ਮੈਂ ਕਹਿੰਦਾ ਜੀ ਅੱਜ ਇੰਨੀ ਵੱਡੀ ਖੁਸ਼ੀ ਆ ਆਮ ਆਦਮੀ ਪਾਰਟੀ ਨੂੰ ਕਿ ਪੂਰੇ ਲੋਕ ਸਭਾ ਜਲੰਧਰ ਦੇ ਵਿੱਚ ਜਿਹੜੀ ਵੋਟਰਾਂ ਨੇ ਅੱਜ ਬਹੁਤ ਤਕੜਾ ਮਾਣ ਬਖਸ਼ਿਆ ਆਮ ਆਦਮੀ ਪਾਰਟੀ ਨੂੰ, ਬਹੁਤ ਖੁਸ਼ੀ ਆ ਜੀ। ਲੱਡੂ ਵੰਡੇ ਜਾ ਰਹੇ ਨੇ ਅੱਜ, ਅੱਜ ਇੱਕ ਇਤਿਹਾਸਿਕ ਦਿਨ ਆ ਜੀ, ਖਾਸ ਤੌਰ 'ਤੇ ਜਲੰਧਰ ਦੇ ਲੋਕਾਂ ਦੇ ਲਈ, ਜ਼ਿਲ੍ਹਾ ਜਲੰਧਰ ਦੇ, ਕਿਉਂਕਿ ਇਸ ਲੋਕ ਸਭਾ ਦੇ ਵਿੱਚ ਇੱਕ ਜ਼ਿਮਨੀ ਚੋਣ ਹੋਈ ਆ ਜਿਸ ਦੇ ਸੰਬੰਧ ਵਿੱਚ 10 ਮਈ ਨੂੰ ਜਿਹੜੀ ਆ ਇਲੈਕਸ਼ਨ ਵੋਟਿੰਗ ਹੋਈ ਸੀ ਜਿਸ ਦਾ ਰਿਜ਼ਲਟ ਅੱਜ ਆ ਚੁੱਕਾ, ਔਰ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਹੱਕ ਦੇ ਵਿੱਚ ਜੋ ਆਮ ਆਦਮੀ ਪਾਰਟੀ ਅਤੇ ਜ਼ਿਲ੍ਹਾ ਜਲੰਧਰ ਦੇ ਲੋਕਾਂ ਨੇ ਵਿਸ਼ਵਾਸ ਕਰਕੇ, ਔਰ ਖਾਸ ਤੌਰ 'ਤੇ ਜੇ ਮੈਂ ਧੰਨਵਾਦ ਕਰਾਂ ਗੁਰਾਇਆਂ ਦੇ ਵੋਟਰਾਂ ਦਾ ਕਿ ਜਿਨ੍ਹਾਂ ਨੇ ਬਹੁਤ ਭਾਰੀ ਬਹੁਮਤ ਦੇ ਨਾਲ ਸਾਡੀ ਇਸ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਨੂੰ ਯਕੀਨੀ ਬਣਾ ਕੇ ਔਰ ਆਮ ਆਦਮੀ ਪਾਰਟੀ ਦੀ ਝੋਲੀ ਜਿਹੜੀ ਇਹ ਸੀਟ ਪਾਈ ਆ, ਅਸੀਂ ਜ਼ਿਲ੍ਹਾ ਜਲੰਧਰ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਜਿਹੜਾ ਜ਼ਿਲ੍ਹਾ ਜਲੰਧਰ ਆ ਕਾਫੀ ਲੰਬੇ ਸਮੇਂ ਤੋਂ ਇੱਥੇ ਜਿਹੜਾ ਕਾਂਗਰਸ ਦਾ ਜਿਹੜਾ ਗੜ੍ਹ ਸੀ, ਕਾਂਗਰਸ ਦੇ ਜਿਹੜੇ ਕੈਂਡੀਡੇਟ ਜਿੱਤਦੇ ਸੀ, ਔਰ ਅੱਜ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੰਨੀ ਭਾਰੀ ਬਹੁਮਤ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਦਿੱਤੇ ਗਏ ਅਰਵਿੰਦ ਕੇਜਰੀਵਾਲ ਜੀ ਵੱਲੋਂ, ਅਸੀਂ ਸਮੁੱਚੀ ਹਾਈ ਕਮਾਂਡ ਦਾ, ਗੁਰਾਇਆਂ ਨਿਵਾਸੀਆਂ ਵੱਲੋਂ, ਜ਼ਿਲ੍ਹਾ ਜਲੰਧਰ ਦੇ ਸਮੂਹ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਰਿਣੀ ਹਾਂ ਕਿ ਜਿਹੜਾ ਵਿਸ਼ਵਾਸ ਉਹਨਾਂ ਨੇ ਆਮ ਆਦਮੀ ਪਾਰਟੀ 'ਤੇ ਕਰਕੇ ਸਾਨੂੰ ਇੰਨਾ ਫਤਵਾ ਦਿੱਤਾ ਸੀ, ਇੱਕ ਇੱਕ ਵੋਟ ਦਾ ਜਿਹੜਾ ਉਹਨਾਂ ਦਾ ਮੁੱਲ ਆ, ਵਿਕਾਸ ਦੀਆਂ ਲੀਹਾਂ ਨੂੰ ਧੁਰ ਤੱਕ ਲਿਜਾਂਦੇ ਹੋਏ ਅਸੀਂ ਉਹਨਾਂ ਦਾ ਮੁੱਲ ਜਿਹੜਾ ਮੋੜਾਂਗੇ ਜੋ ਵੀ ਕੰਮ ਆ। ਅਸੀਂ ਪਹਿਲ ਦੇ ਆਧਾਰ 'ਤੇ ਸਾਡੀ ਆ ਸਮੁੱਚੀ ਟੀਮ, ਮਨਦੀਪ ਰਾਏ ਜੀ ਆ, ਅਮਰੀਕ ਸਿੰਘ ਢਿੱਲੋਂ ਜੀ ਆ, ਦਕਸ਼ ਜੀ ਆ, ਅਵਤਾਰ ਸਿੰਘ ਢਿੱਲੋਂ ਜੀ, ਸਾਡੇ ਸੁਦੇਸ਼ ਬਿੱਲਾ ਜੀ ਆ, ਜਸ਼ਪਾਲ ਆਜ਼ਾਦ ਜੀ ਆ, ਹੋਰ ਸਾਰੇ ਸਮੁੱਚੀ ਜਿੰਨੀ ਸਾਡੀ ਲੀਡਰਸ਼ਿਪ ਸਾਰੇ ਇਸ ਗੁਰਾਇਆਂ ਦੇ ਲਈ ਤੱਤ ਭਰ ਆ। ਆਉਣ ਵਾਲੇ ਕੰਮਾਂ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੁਰਾਇਆਂ ਦੀ ਵੀ ਜਿਹੜੀ ਨੁਹਾਰ ਆ, ਜੋ ਵਾਅਦੇ ਕੀਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਕੇਜਰੀਵਾਲ ਸਾਹਿਬ ਜੀ ਨੇ, ਉਹ ਇੱਕ ਇੱਕ ਜਿਹੜਾ ਵਾਅਦਾ ਪੂਰਾ ਕਰਕੇ ਗੁਰਾਇਆਂ ਨੂੰ ਅਸੀਂ ਇੱਕ ਇਤਿਹਾਸਿਕ ਜਿਹੜਾ ਦਿਨ ਇਹ ਡਿਕਲੇਅਰ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਮੈਂ ਸਾਰੇ ਆਪਣੇ ਜਲੰਧਰ ਜ਼ਿਲ੍ਹੇ ਦੇ ਵਾਸੀਆਂ ਨੂੰ ਬਹੁਤ ਹੀ ਵਧਾਈ ਦੇਣਾ ਚਾਹੁੰਦਾ, ਕਿਉਂਕਿ ਇਹ ਜੀ ਸੀਟ ਅਸੀਂ ਜਿੱਤ ਚੁੱਕੇ ਹਾਂ ਜੀ। ਜਿਹੜਾ ਜਲੰਧਰ ਆਪਣੇ ਫਲੌਰ ਹਲਕੇ ਦੇ ਵਿੱਚ ਚੌਧਰੀ ਦੇ ਬਿਕਰਮ ਚੌਧਰੀ ਦੇ ਧੌਣ ਦੇ ਵਿੱਚ ਕਿੱਲਾ ਸੀਗਾ, ਉਹ ਅੱਜ ਅਸੀਂ ਕਿੱਲਾ ਕੱਢ ਦਿੱਤਾ ਆ, ਅਤੇ ਅਸੀਂ ਗ੍ਰਾਂ ਨਿਵਾਸੀਆਂ ਨੂੰ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਵੋਟ ਪਾ ਕੇ ਇੱਥੋਂ ਵੀ ਜਿਤਾਇਆ, ਅਤੇ ਆਉਣ ਵਾਲੀਆਂ ਇਲੈਕਸ਼ਨਾਂ MCA ਦੀਆਂ ਵਿੱਚ ਵੀ ਸਾਨੂੰ ਇੱਥੇ ਸਾਡੀ ਨਗਰ ਕੌਂਸਲ ਆਮ ਆਦਮੀ ਪਾਰਟੀ ਦੀ ਹੋਊਗੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਅੱਜ ਜਿਹੜੀ ਜਲੰਧਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਥੇ ਦੇ ਵੋਟਰਾਂ ਨੇ ਸਪੋਰਟ ਕੀਤੀ ਅਤੇ ਭਾਰੀ ਬਹੁਮਤ ਨਾਲ ਜਿੱਤ ਦਵਾਈ। ਵੋਟਰਾਂ ਦੇ ਸਪੋਰਟਰਾਂ ਦਾ ਤਹਿ ਦਿਲੋਂ ਆਮ ਆਦਮੀ ਪਾਰਟੀ ਵੱਲੋਂ ਧੰਨਵਾਦ ਕਰਦੇ ਹਾਂ।
तो अज गुरैया शहर में भी तो ज़िले में भी आम आदमी पार्टी के वर्कर खुशी की लहर है। तो सारिया का बहुत बहुत धन्यवाद। आम आदमी पार्टी के वलंटियर जिन्होंने भारी उत्साह आ जित की खुशी के ढोल बज नगारे बजे जा रहे हैं। देखते रहो दैनिक सवेरा टीवी, मैं सतविंदर जड्डू। Oh!